ਜੀ ਭਾਜੀ ਇਹ ਸਾਰੀਆਂ ਹੋ ਗਈਆਂ ਮਾਦੀਆਂ ਆਪਣੇ ਘਰ ਦੀ ਮਾਦੀਆਂ ਨੇ ਤੇ ਕੁਝ ਪੱਠੇ ਪੁੱਠੇ ਰੋਕੇ ਦੇਣ ਤੇ ਮਾਦੀਆਂ ਨੇ ਸਾਰੀਆਂ ਅਲੱਗ ਕੀਤੀ ਦੀਆਂ ਅਲੱਗ ਕੀਤੀ ਦੀਆਂ ਤੇ ਕਰਨ ਉਹ ਮੇਰਾ ਭਰਾ ਸ਼ੌਂਕ ਵਿੱਚ 35 ਲਈ ਦੋ ਮਾਦੀਆਂ ਬਟੇਰੀਆਂ ਆਪਣਾ ਇਹ ਡਬਲ ਹੀ ਮਾਦੀ ਹੈ ਇਹ ਮੇਨ ਮਾਦੀ ਆਪਣੀ ਬਿਮਾਰ ਹੋ ਗਈ ਸੀ ਹੁਣ ਫਿੱਟ ਹੋ ਗਈ ਹੈ ਫਰਾਂਸੀ ਮਾਦੀ ਹੈ ਇੱਕ ਇਹ ਬਟੇਰੀ ਮਾਦੀ ਹੈ ਡਬਲ ਹੀ ਮਾਦੀ ਬੜਾ ਸ਼ੌਂਕ ਅਤੇ ਟੈਡੀ ਮਾਦੀ ਹੈ ਦੋ ਟੈਡੀ ਮਾਦੀਆਂ ਵਿੱਚ ਗੋਲਡਨ ਮਾਦੀਆਂ ਦੋ ਮੋਹਰਾਂ ਵਾਲੀਆਂ ਇਹ ਜੀਰੀ ਮਾਦੀ ਦੋ ਜਾ ਰਹੇ ਅੰਦਰ ਇੱਕ ਡੱਬਲ ਕਬੂਤਰ ਹੈ ਪੁਰਾਣਾ ਅਤੇ ਇੱਕ ਜਲਦਾਰ ਮਾਦੀ ਅਤੇ ਇਹ ਭਰਾ ਮੇਰਾ ਜਿਹੜੇ ਫਰੰਟ 'ਚ ਬੈਠੀ ਦੀ ਹੈ ਇਹ ਖੱਲੀ ਭਾਈ ਦੀ ਘਰ ਦੀ ਮਾਦੀ ਹੈ ਫਰੰਟ 'ਚ ਜਿਹੜੀ ਬੈਠੀ ਦੀ ਹੈ ਥੱਲੇ ਦੇਖੇ ਕਰਦੀ ਹੈ ਇਹ ਟੈਡੀ ਮਾਦੀ ਦੇਖੋ ਕਰੋ ਸ਼ੌਂਕ ਦੱਸੋ ਇਹ ਸਾਨੂੰ ਭਰਾ ਦੇ ਘਰ ਦੀ ਮਾਦੀ ਹੈ ਇੱਕ ਇਹ ਡੱਬਲ ਆ ਪੇਅਰ ਹੈ ਪੇਅਰ ਕੇ ਮਸ ਪੱਠਾ ਤਿਆਰ ਆ ਰੇਡੀ ਹੈ ਮੇਰੇ ਘਰ ਉੱਡੇ ਦਾ ਇੱਕ ਘਰ ਦਾ ਪੱਠਾ ਇਹ ਹੈ ਇੱਕ ਇਹ ਘਰ ਦੀ ਪੱਠੀ ਹੈ ਅਤੇ ਕਰ ਲਓ ਸ਼ੌਂਕ ਦੋਸਤੋ ਦਾਣੇ ਦਾ ਟਾਈਮ ਹੋ ਗਿਆ ਦੋਸਤੋ ਨਾਰਮਲ ਦਾਣਾ ਚੱਲੇ ਕਰਦਾ ਇਸ ਟਾਈਮ ਕਣਕ ਅਤੇ ਆਪਣਾ ਸਰ੍ਹਾਂ ਚੱਲੇ ਕਰਦੀ ਹੈ ਦਾਣਾ ਜਿਲੇ ਵੀ ਪਾਉਣਾ ਧੋ ਕੇ ਜ਼ਰੂਰ ਪਾਉਣਾ ਦੋਸਤੋ ਉਹ ਤਾਂ ਫਿੱਟ ਰਹਿੰਦੇ ਨੇ ਇਹ ਦੋਸਤੋ ਆਪਣੇ ਆਪਣੇ ਨਰ ਜਿਹੜੇ ਛੱਡੇ ਦੇ ਨੇ ਅੱਲਾ ਤਾਂ ਕਿਤੇ ਸਨ ਨਰ ਕਰੋ ਸ਼ੌਂਕ ਦੋਸਤ ਕਰੋ ਸ਼ੌਂਕ ਇਹਦੇ ਕੋਲ ਸਲੇਟੀ ਡਬਲ ਆ ਨਾ ਟੈਂਕੀਆਂ ਲਾ ਕਰੋ ਸ਼ੌਂਕ ਦੋਸਤੋ ਵੀਡੀਓ ਕੈਸੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਦੋਸਤੋ